ਹਾਂ ਸਿੱਧੂ ਮੁਸੇਆ ਵਾਲਾ ਉਹ ਨਾ ਕਿਸੇ ਨੇ AI ਕਰਕੇ ਸਿੱਧੂ ਬਾਈ ਦੀ ਬਾਤ ਚ ਪਾਇਆ ਹੋਇਆ YouTube ਤੇ ਪਿਆ ਮਾਲਵਾ ਬਿਲਟ ਤੁਹਾਡੇ ਕੋਲ ਕੀ ਪ੍ਰੂਫ ਹੈ ਕਿ ਜਿਹੜਾ ਉਹ ਗੀਤ ਸੀ ਉਹ ਤੁਹਾਡਾ ਹੀ ਸੀ ਕਿ ਸਿੱਧੂ ਮੁਸੇਆ ਵਾਲੇ ਦਾ ਤੁਸੀਂ ਨਾਮ ਲੈ ਰਹੇ ਹੋ ਦੇਖੋ ਜਿੱਥੇ ਉਹਨੇ ਘੋੜੇ ਦੀ ਰੇਹ ਛੱਡੀ ਆ ਉਥੇ ਦਾ ਕੋਈ ਗਿਆਨ ਹੀ ਨਹੀਂ ਜੀ ਕਹਿੰਦੇ ਹੁੰਦੇ ਕਿਸੇ ਦੀ ਮਿੱਟੀ ਨਹੀਂ ਰੁਕਟਣੀ ਚਾਹੀਦੀ ਤੇ ਅਸੀਂ ਬਹੁਤ ਪਿਆਰ ਕਰਦੇ ਆ ਨਾਮ ਕਾਹਨੂੰ ਲੈਣਾ ਉਹ ਵੀ ਦੇਖੋ ਜ਼ੀਰੋ ਕਰ ਤੂੰ ਉੱਠਿਆ ਸੀ ਨਾ ਮਿਹਨਤ ਆ ਬਾਈ ਕਿਸੇ ਦਾ ਨਾਮ ਲੈ ਕੇ ਮੈਂ ਕਰੀ ਚੱਲ ਸਕਦਾ ਵਾਰ-ਵਾਰ ਗੱਲਾਂ ਘੱਟ ਤੇ ਵੱਧ ਚਪੇੜੇ ਕਿਉਂ ਮਨਕੂ ਵਰਗੇ ਛੇੜੇ ਆਪਣੀਆਂ ਜਾਣ ਗੱਲਾਂ ਵਿੱਚ ਪੜਿਆ ਅਰਗੀਆਂ ਨੇ ਤੁਹਾਨੂੰ ਨਹੀਂ ਲੱਗਦਾ ਕਿ ਹੁਣੇ ਤੋਂ ਹੰਕਾਰ ਬੋਲਣ ਲੱਗ ਗਿਆ ਵਿੱਚ ਤੁਸੀਂ ਮੈਨੂੰ ਇਹ ਗੱਲ ਦੱਸੋ ਬਾਈ ਵਧੀਆ ਲੱਗਦਾ ਮੈਂ ਇੱਥੇ ਕਿਸੇ ਵੱਡੇ ਸਿੰਗਰ ਦਾ ਪਿਆਮਾ ਕਿਚੀਵਾ گاਉਂ ਨੂੰ ਟਾਈਮ ਦੇਈ ਯਾਰ ਬਾਈ ਸਿੱਧੂ ਨੇ ਕਿਹਾ ਤਾਂ ਸੀਗਾ ਯਾਰ ਜਿਹੜਾ ਦੋ ਕਮਰਾਂ ਵਾਲੇ ਘਰੋਂ ਆਉਂਦਾ ਉਹਨੂੰ ਤਾਂ ਫਿਰ ਹੰਕਾਰ ਹੋ ਹੀ ਜਾਂਦਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡੇ ਨਾਲ सोनू ਜਾਂਸਲਾ ਤੇ ਤੁਸੀਂ ਦੇਖ ਰਹੇ ਹੋ ਚੈਨਲ ਸਤਰੰਗ ਸੋ ਅੱਜ ਸਾਡੇ ਨਾਲ ਪਾਲੀਬੁੱਡ ਇੰਡਸਟਰੀ ਦੇ ਨਵੇਂ ਉੱਭਰਦੇ ਸਟਾਰ ਮੌਜੂਦ ਨੇ ਗੋਪੀ ਮਣਕੂ ਜੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਕਈ ਗੀਤ ਆ ਚੁੱਕੇ ਨੇ ਤੇ ਹੁਣ ਉਹ ਉਹਨਾਂ ਦਾ ਇੱਕ ਗੀਤ ਆ ਰਿਹਾ ਸੋ ਉਹਨਾਂ ਦੇ ਬਾਰੇ ਗੱਲਬਾਤ ਕਰਦੇ ਆਂ ਭਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੱਤ ਰੰਗ ਦੀ ਸਾਰੀ ਟੀਮ ਦੀ ਬਹੁਤ ਬਹੁਤ ਧੰਨਵਾਦ ਤੁਸੀਂ ਇੱਥੇ ਪਹੁੰਚੇ ਹੋ ਹੋਰ ਭਾਜੀ ਠੀਕ ਹੋ ਗੋਡ ਜੀ ਗੋਡ ਨਿਆਰੇ ਆ ਪੂਰੇ ਅੱਛਾ ਗੋਪੀ ਭਾਜੀ ਕੀ ਕਹਿਣਾ ਚਾਹੋਗੇ ਫਿਰ ਤੁਹਾਡਾ ਨਵਾਂ ਗੀਤ ਆ ਰਿਹਾ ਪਹਿਲਾਂ ਦਾ ਗੀਤ ਬਾਰੇ ਦੱਸੋ ਜਿਹੜਾ ਗੀਤ ਆ ਰਿਹਾ ਹਾਂਜੀ ਭਾਈ ਆਪਣਾ ਸੱਪ ਟੱਕਰੇ ਗਾਣਾ ਆ ਰਿਹਾ ਤੇ ਵਿੱਦ ਵੀਡੀਓ ਆ ਰਿਹਾ ਮੇਰਾ ਹੀ ਲਿਖਿਆ ਹੋਇਆ ਤੇ ਰੈਪ ਕੀਤਾ ਹੋਇਆ ਬਾਈ ਨੇ ਨੈਕਸ ਰਾਣਾ ਨੇ ਤੇ ਮੈਂ ਮੇਬੀ ਮਾਰਚ ਦੇ ਮਿਡ ਚ ਕਰ ਦੇਣਾ ਹਾਂਜੀ ਅੱਛਾ ਸੱਪ ਟੱਕਰੇ ਸੱਪ ਟੱਕਰੇ ਇਦਾਂ ਲੱਗਦਾ ਕਿਸੇ ਵੈਰੀ ਨੂੰ ਕਿਸੇ ਇਦਾਂ ਯਾਨੀ ਕੌਂਟਰਾਵਰਸੀ ਜੇ ਵਾਲਾ ਬੋਲ ਲੱਗਦਾ ਕੀ ਗੱਲ ਕਿਸੇ ਨੂੰ ਰਿਪਲਾਈ ਕੀਤਾ ਨਹੀਂ ਨਹੀਂ ਬਾਈ ਰਿਪਲਾਈ ਨਹੀਂ ਕੀਤਾ ਹੈਗਾ ਨਾ ਹੀ ਆਪਾਂ ਕਿਸੇ ਨੂੰ ਨਾ ਕੰਪੀਅਰ ਚ ਨਹੀਂ ਰੱਖਦੇ ਬਾਈ ਕਿਉਂਕਿ ਜਿੱਥੋਂ ਆਪਾਂ ਉੱਠੇ ਆ ਨਾ ਜਿੱ ਤੱਕ ਹੁਣ ਆਏ ਆ ਕਿਸੇ ਨੇ ਆਪਾਂ ਨੂੰ ਸਪੋਰਟ ਨਹੀਂ ਕੀਤੀ ਨਹੀਂ ਕਿਸ ਦੀ ਮੰਗੀ ਆ ਸਪੋਰਟ ਤੇ ਆਪਾਂ ਆਪਣੇ ਦਮ ਤੇ ਆਏ ਆ ਕਿਸੇ ਦਾ ਨਾਮ ਕਾਣੂ ਲੈਣਾ ਠੀਕ ਆ ਇੰਨਾ ਕੁ ਰੱਬ ਨੇ ਆਪਣੇ ਚ ਹੁਨਰ ਦਿੱਤਾ ਜਦੋਂ ਬਾਲਿਆਂ ਵਾਲੀਆਂ ਛੱਤਾਂ ਤੋਂ ਉੱਠ ਕੇ ਇੱਥੇ ਆ ਗਏ ਹੁਣ ਤਾਂ ਤੱਕ ਪਾਊਗੀ ਜਾਨ ਫਿਰ ਹਾਂ ਕੀ ਬਾਤ ਹੈ ਜਾਨ ਬਾਜੀ ਦਾ ਸ਼ਬਦ ਬੜੇ ਘੈਂਟ ਹੁੰਦੇ ਨੇ ਜਾਨ ਅੱਛਾ ਗੋਪੀ ਭਾਜੀ ਤੁਹਾਡੇ ਇੱਕ ਗੀਤ ਸੀ ਯਾਨੀ ਸਿੱਧੂ ਪੁੱッセ ਦੇ ਨਾਲ ਜੁੜਿਆ ਹੋਈ ਸੀ ਜਿਹੜਾ ਉਹਨਾਂ ਦਾ ਤੁਸੀਂ ਦੱਸ ਰਹੀ ਸੀ ਮੈਂ ਵੀ ਕਾਫੀ ਸੁਣਿਆ ਉਹਦੇ ਬਾਰੇ ਕੁਝ ਦੱਸੋ ਹਾਂਜੀ ਉਹ ਨਾ ਗਾਣਾ ਸੀ ਹਜੇ ਰਿਲੀਜ਼ ਨਹੀਂ ਕੀਤਾ ਉਹਦੀ ਕੱਲੀ ਰੀਲ ਪਾਈ ਸੀਗੀ ਨਾ ਮੇਰੇ ਇੰਸਟਾਗ੍ਰam ਤੇ ਤੇ ਉਹ ਉਹ ਨਾ ਕਿਸੇ ਨੇ AI ਕਰਕੇ ਸਿੱਧੂ ਬਾਈ ਦੀ ਆਵਾਜ਼ ਚ ਪਾਇਆ ਹੋਇਆ YouTube ਤੇ ਪਿਆ ਮਾਲਵਾ ਬਿਲਟ ਮੇਬੀ ਇਸ ਚੈਨਲ ਦਾ ਕੋਈ ਨਾਮ ਆ ਤੇ ਉਹ ਕਾਫੀ ਗਾਣਾ ਨਿਕਲਿਆ ਰੀਲ ਤੇ ਵੀ ਗਾਣਾ ਕਾਫੀ ਚੱਲਿਆ ਹਜੂ ਕੀਤਾ ਨਹੀਂ ਹੈਗਾ ਆਪਾਂ ਗਾਣਾ ਹਾਂਜੀ ਕਿਹੜੇ ਬੋਲ ਸੀ ਉਸ ਗੀਤ ਦੇ ਜੀ ਉਹ ਸੁਣਾਉਣਾ ਹੋ ਤਾਂ ਤਾਂ ਬਦਨਾਮੀ ਕਰਦਿਆ ਰਹਿੰਦੇ ਸਾਲੇ ਡਰਦੇ ਆ ਬੰਦੇ ਕੌਲੀ ਜੱਟ ਕੁੜੇ ਆ ਜੀਦੇ ਜੀਦੇ ਹੱਥ ਫੜ੍ਹੇ ਉਹੀ ਬਣ ਕੇ ਸੱਪ ਲੜ੍ਹੇ ਰੰਗ ਬਦਲਦੇ ਝੱਟ ਕੁੜ੍ਹੇ ਆ ਨਾਲ ਰਹਿ ਕੇ ਨਹੀਂ ਸਵਾਰ ਸਕੇ ਰਹਿ ਕੇ ਨਹੀਂ ਸਵਾਰ ਵੈਰੀ ਬਣ ਤੋਪ ਚਲਾਉਂਗੇ ਓ ਸਾਡਾ ਖਾਕੇ ਨਹੀਂ ਰਜੇ ਗਾਂ ਕੀ ਪੂਰੀਆਂ ਪਾਉਂਗੇ ਓ ਸਾਡਾ ਖਾਕੇ ਨਹੀਂ ਰਜੇ ਗਾਂ ਕੀ ਪੂਰੀਆਂ ਪਾਉਂਗੇ ਹਾਂਜੀ ਕੀ ਬਾਤ ਹੈ ਤੁਹਾਡੀ ਆਵਾਜ਼ ਦੇ ਵਿੱਚ ਇੱਕ ਅਲੱਗ ਜੋਸ਼ ਹੈ ਗੋਪੀ ਭਾਜੀ ਅੱਛਾ ਤੁਹਾਨੂੰ ਕਦ ਪਤਾ ਲੱਗਿਆ ਕਿ ਸਿੱਧੂ ਮੁਸੇਵਾਲੇ ਦੀ ਆਵਾਜ਼ ਦੇ ਵਿੱਚੋਂ ਗੀਤ ਇਦਾਂ ਉਹ ਹੋ ਗਿਆ ਯਾਨੀ ਵਾਇਰਲ ਹੋ ਗਿਆ ਨਵਾਂ ਸਿੰਗਰ ਹੁੰਦਾ ਨਾ ਉਹਨੂੰ ਚਾਹ ਹੁੰਦਾ ਵੀ ਜੋ ਰੀਲ ਪਾਈ ਹੋਵੇ ਨਾ ਮੇਰੀ ਰੀਲ ਕਾਫੀ ਚੱਲੀ ਸੀ ਨਾ ਤੇ YouTube ਤੇ ਉਦਾਂ ਹੀ ਆਪਾਂ ਸਰਚ ਨਹੀਂ ਕਰ ਦਿੰਦੇ ਆਪਣਾ ਨਾਮ ਕਿੱਥੇ ਘਾਈ ਜਾਂਦਾ ਉੱਤੇ ਵੇਖੇ ਮੇਰਾ ਵੀ ਨਾਮ ਪਿਆ ਹੋਇਆ ਵਿੱਚ ਤੇ ਸਿੱਧੂ ਬਾਈ ਦਾ ਵੀ ਨਾਮ ਪਿਆ ਹੋਇਆ ਫਿਰ ਮੈਂ ਦੇਖਿਆ ਤੇ ਖੁਸ਼ੀ ਹੋਈ ਚਲੋ ਕੋਈ ਗੱਲ ਨਹੀਂ ਆਪਾਂ ਗਾਣਿਆਂ ਪਿੱਛੇ ਨਹੀਂ ਕਿਸੇ ਨਾਲ ਲੜਦੇ ਆਪਣੇ ਕੋਲੇ ਬਹੁਤ ਕੁਝ ਪਿਆ ਕਰ ਲਾਂਗੇ ਯਾਰ ਤੇ ਸਾਨੂੰ ਖੁਸ਼ੀ ਹੋਈ ਕਿ ਸਾਡੇ ਭਰਾ ਦੀ ਬਾਤ ਚ ਹੈ ਨਾ ਤੇ ਕਾਸ਼ ਉਹ ਸਾਡੇ ਚ ਅਜ ਹੁੰਦਾ ਤੇ ਉਹਨੂੰ ਚੰਗਾ ਲੱਗਣਾ ਸੀ ਤੁਹਾਡੇ ਕੋਲ ਕੀ ਪ੍ਰੂਫ ਹੈ ਕਿ ਜਿਹੜਾ ਉਹ ਗੀਤ ਸੀ ਉਹ ਤੁਹਾਡਾ ਹੀ ਸੀ ਕਿ ਸਿੱਧੂ ਮਸੇਵਾਲੇ ਦਾ ਤੁਸੀਂ ਨਾਂ ਲੈ ਰਹੇ ਹੋ ਤੇ ਉਹਰੇ 'ਚ ਮੇਰਾ ਨਾਮ ਆ ਬਾਈ ਉਹ ਲੈਣ ਤੁਹਾਨੂੰ ਸੁਣਾ ਦੇਣਾ ਹੋ ਲੱਕਵਾ ਹੋ ਗਿਆ ਨੀ ਤਾਣ ਬੰਦੇ ਸਾਲੇ ਬਦਨੀ ਤਾਣੂ ਰੱਬ ਹੀ ਖੈਰ ਕਰੇ ਗੱਲਾਂ ਕੱਟ ਤੇ ਵੱਧ ਚ ਪੇੜੇ ਹੋ ਕਿਉਂ ਮਣਕੂ ਵਰਗੇ ਛੇੜ ਵਰਦੇ ਛਪਦੇ ਪੈਰ ਗੜੇ ਉਹ ਜਦ ਟੁੱਟ ਜਾਣੀਆਂ ਟੀਮਾਂ ਗਜੈਸ਼ ਦੀ ਮੁਕੂ ਸੀਮਾਂ ਹੋ ਕਿੱਥੇ ਟਾਈਆਂ ਪਾਉਂਗੇ ਉਹ ਸਾਡਾ ਖੱਕਣੀ ਰਜੇਗਾ ਕੀ ਪੂਰੀਆਂ ਪਾਉਂਗੇ ਗਾਂ ਕੀ ਪੂਰੀਆਂ ਪਾਉਂਗੇ ਕੀ ਬਾਤ ਹੈ ਕੀ ਬਾਤ ਹੈ ਨਾਮ ਅਪਰੂਵ ਮਿਲ ਗਿਆ ਤੁਹਾਨੂੰ ਨਾਮ ਹੈਗਾ ਨੇ ਪ੍ਰੂਫ ਤਾਂ ਤੁਸੀਂ ਕਹਿ ਰਹੇ ਹੋ ਨਾ ਕਿ ਨਾਮ ਯਾਨੀ ਜਿਹੜੇ ਗੀਤ ਉਧਰੋਂ ਆਇਆ ਸੀ ਸਿੱਧੂ ਮੂਸੇ ਵਾਲੇ ਦੀ ਆਵਾਜ਼ ਉਹਦੇ 'ਚ ਤੁਹਾਡੇ ਬੋਲ ਹੈ ਸੀ ਨਾਮ ਹੈ ਸੀ ਤੁਹਾਡਾ ਬਿਲਕੁਲ ਬਿਲਕੁਲ ਹੈਗਾ ਵੀ ਬਿਲਕੁਲ ਜਿਹੜਾ YouTube ਤੇ ਪਿਆ ਪ੍ਰੋਪਰ ਹੋਰ 'ਚ ਨਾਮ ਆ ਗਿਆ ਜੀ ਇਹ ਤਾਂ ਨਹੀਂ ਹੈਗਾ ਕਿ ਸਿੱਧੂ ਮੂਸੇ ਵਾਲੇ ਦੀ ਆੜ ਦੇ ਵਿੱਚ ਆਪਣਾ ਫੇਮ ਪਾਣਾ ਚਾਹੁੰਦੇ ਹੋ ਬਾਈ ਮੈਂ ਨਾ ਇਹ ਚੀਜ਼ਾਂ ਦਾ ਨਾਮ ਮੈਂ ਪਿਆਰ ਬਹੁਤ ਕਰਦਾ ਮੈਂ ਇੱਕ ਦੋ ਵਾਰੀ ਮੈਂ ਪਿੰਡ ਗਿਆ ਹਾਂ ਬਾਰਡੇ ਤੇ ਪਰ ਮਿਲਕ ਹੀ ਨਹੀਂ ਆਇਆ ਮੈਨੂੰ ਇਹ ਸੀ ਨਾ ਜਦੋਂ ਮੈਂ ਉਸ ਮਕਾਮ ਤੇ ਜਾਵਾਂਗਾ ਉਦੋਂ ਮਿਲਣ ਦਾ ਸਵਾਦ ਆਉਂਦਾ ਤੇ ਨਾਮ ਤਾਂ ਕੀ ਲੈਣਾ ਦੇਖੋ ਯਾਰ ਉਹ ਬੰਦਾ ਸਾਡੇ ਚ ਹੈ ਹੀ ਨਹੀਂ ਹਨਾ ਤੇ ਕਹਿੰਦੇ ਹੁੰਦੇ ਕਿਸੇ ਦੀ ਮਿੱਟੀ ਨਹੀਂ ਪਟਣੀ ਚਾਹੀਦੀ ਤੇ ਅਸੀਂ ਬਹੁਤ ਪਿਆਰ ਕਰਦੇ ਨਾਮ ਕਾ ਨੂੰ ਲੈਣਾ ਉਹ ਵੀ ਦੇਖੋ ਜ਼ੀਰੋ ਘਰ ਤੋਂ ਉੱਠਿਆ ਸੀ ਹਨਾ ਮਿਹਨਤ ਆ ਬਈ ਕਿਸੇ ਦਾ ਨਾਮ ਲੈ ਕੇ ਮੈਂ ਇਕੱਲੇ ਚੱਲ ਸਕਦਾ ਵਾਰ-ਵਾਰ ਨਹੀਂ ਤੇ ਆਪਾਂ ਉਹ ਘਰਾਂ ਚ ਉੱਠੇ ਵੀ ਆਪ ਚੱਲਣਾ ਨਾਮ ਲੈ ਕੇ ਨਹੀਂ ਦਾਮਣਾ ਚੱਲਣਾ ਅੱਜ ਕੱਲ ਸਟੇਜਾਂ ਤੇ ਬਹੁਤ ਸਾਰੇ ਸਿੰਗਰ ਹੁੰਦੇ ਨੇ ਜਿਹੜੇ ਸਿੱਧੂ ਦਾ ਗੀਤ ਗਾ ਕੇ ਯਾਨੀ ਫੇਮ ਪਾ ਲੈਂਦੇ ਨੇ ਕਿਉਂਕਿ ਹਰ ਕੋਈ ਅੱਜ ਨਾ ਸਿਰਫ ਸਿੱਧੂ 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 ਮੁਸੇਆਲੇ ਨੂੰ ਗਾ ਕੇ ਸਟੇਜਾਂ ਤੇ ਪਰਫਾਰਮ ਕਰਦਾ ਹੈ ਤੇ ਲੋਕੀ ਕਹਿੰਦੇ ਨੇ ਯਾਰ ਸਿੱਧੂ ਦਾ ਗੀਤ गा ਕੇ ਲੋਕੀ ਯਾਨੀ ਆਪਣੀਆਂ ਰੋਟੀਆਂ ਪਕਾਰੇ ਨੇ ਹੈਨਾ ਜਦ ਕਿ ਉਹ ਆਪਣੇ ਵਿਚਾਰ ਹੈ ਨਹੀਂ ਕਿ ਵੱਡਾ ਨਾਮ ਸਿੱਧੂ ਮੂਸੇਵਾਲਾ ਸ਼ਾਇਦ ਉਹ ਅੱਜ ਜਿੱਥੇ ਵੀ ਹੋਣਾ ਆ ਸਾਰੇ ਦੇਖਦੇ ਨੇ ਜਿੱਦਾਂ ਕਿ NASA ਦੇ ਵਿੱਚ ਵੀ ਉਹਨਾਂ ਦੀ ਫੋਟੋ ਦਿਖੀ ਸੀ ਹੈਨਾ ਬਹੁਤ ਵੱਡੀ ਗੱਲ ਹੈ ਅੱਛਾ ਕੀ ਕਹਿਣਾ ਚਾਹੋਗੇ ਜਿਸ ਤਰੀਕੇ ਦੇ ਨਾਲ ਅੱਜ ਦਾ ਜੋ ਚੱਲ ਰਿਹਾ ਸਿੱਧੂ ਮੂਸੇਵਾਲੇ ਨੂੰ ਲੈ ਕੇ ਕੌਂਟਰੋਵਰਸੀਆਂ ਵੀ ਪਹਿਲਾਂ ਬਹੁਤ ਹੋਈਆਂ ਹੈ ਹੈਨਾ ਤੇ ਹੁਣ ਵੀ ਚਲੋ ਪਿੱਛੇ ਤੋਂ ਉਹਨਾਂ ਦੇ ਜਾਣ ਤੋਂ ਬਾਅਦ ਵੀ ਉਹਨਾਂ ਦਾ ਨਾਮ ਯਾਨੀ ਗੂੰਜਦਾ ਕੀ ਕਹਿਣਾ ਚਾਹੋਗੇ ਬਈ ਮੈਂ ਜਾਨਾ ਜੇ ਤਾਂ ਕੋਈ ਸਟੇਜ ਤੇ ਮਾਨ ਨਾ ਕਰਦਾ ਉਹ ਤਾਂ ਮਾਨ ਵਾਲੀ ਗੱਲ ਹੈਣਾ ਪੁਰਾਣੇ ਸਿੰਗਰਾਂ ਦੇ ਗਾਣੇ ਸਿੱਧੂ ਬਾਈ ਨੇ ਵੀ ਬਹੁਤ ਗਾਏ ਨੇ ਉਹ ਮਾਨ ਵਾਲੀ ਗੱਲ ਆ ਹਾਂ ਜੇ ਕੋਈ ਕੋਈ ਆਂਦਾ ਕਿ ਯਾਰ ਸਿੱਧੂ ਅੱਜ ਸਾਡੇ ਚ ਨਹੀਂ ਹੈਗਾ ਅਸੀਂ ਬਹੁਤ ਕੁਛਾਂ ਨਹੀਂ ਉਹ ਗੱਲ ਨਹੀਂ ਹੈਗੀ ਦੇਖੋ ਜਿੱਥੇ ਉਹਨੇ ਘੋੜੇ ਦੀ ਰੇਹ ਛੱਡੀ ਆ ਉੱਥੇ ਤਾਂ ਕੋਈ ਗਿਆਨੀ ਹਜੇ ਠੀਕ ਆ ਤੇ ਹਾਂ ਜੇ ਕੋਈ ਮਾਨ ਨਾ ਕਹੋਂਦਾ ਬਹੁਤ ਵਧੀਆ ਗੱਲ ਆ ਤੇ ਬਾਕੀ ਜੇ ਕੋਈ ਕੌਂਟਰੋਵਰਸੀ ਕਰਦਾ ਉਹਦੇ ਲਈ ਬਹੁਤ ਪੁਰੀ ਗੱਲ ਆ ਦੇਖੋ ਅੱਜ ਚੱਲ ਜੂ ਬਈ ਕੱਲ ਨੂੰ ਤਾਂ ਆਖਰ ਨੂੰ ਲੋਕ ਸਿਆਣੇ ਹੋਗੇ ਤੇ ਲੋਕ ਉਹਨੂੰ ਦੇਖਦੇ ਆ ਜਿਹੜਾ ਕੰਮ ਕਰਕੇ ਦਿਖਾਉਂਦਾ ਹਨਾ ਦੇਖੋ ਤੁਸੀਂ ਜੇ ਕੋਈ ਘਰੇ ਮਰ ਜਾਂਦਾ ਬੰਦਾ ਹਫਤੇ ਬਾਅਦ ਪੁੱਛਦਾ ਨਹੀਂ ਹੈਗਾ ਯਾਦ ਕਿਹਨੂੰ ਰੱਖਦੇ ਆ ਸਿੱਧੂ ਨੂੰ ਅੱਜ ਵੀ ਲੋਕ ਯਾਦ ਕਰਦੇ ਨੇ ਉਹ ਗੱਲ ਆ ਕੋਈ ਉਹਦੇ ਕਰਕੇ ਬਈ ਅੱਛਾ ਤੁਸੀਂ ਜਿਹੜਾ ਸੱਪ ਟੱਕਰੇ ਵਾਲੇ ਦੇ ਬੋਲ ਸੁਣਾਓਗੇ ਸਾਨੂੰ ਜਾਂਜਾ ਕਰਾਂਗੇ ਹਾਂਜੀ ਹਾਂਜੀ ਬਈ ਜ਼ਰੂਰ ਕੱਕੇ ਥਾਲੀਆਂ ਚ ਮੇਰੇ ਸਾਲੇ ਛੇਕ ਕਰਗੇ ਦੇਖ ਸਬਰ ਸਾਡੇ ਨੂੰ ਅਸੀਂ ਤਾਂ ਵੀ ਯਰਗੇ ਉਹ ਜੱਟ ਨਾਲ ਬੈਠ ਸੀਗੇ ਮੌਜਾ ਮਾਣਦੇ ਖੜ ਐਂਟੀਆਂ ਚ ਸਾਲੇ ਮੁਜਰਾਣੇ ਕਰਦੇ ਅੱਜ ਨਿੱਕਲ ਗਏ ਦਲੇ ਕਦੇ ਯਾਰ ਸੀ ਸਾਡੇ ਉਹ ਦਿਲ ਕਰੇ ਸਾਲਿਆਂ ਦੇ ਕਰਾਂ ਡੱਕਰੇ ਉਹਨਾਂ ਨੂੰ ਨਹੀਂ ਜ਼ਹਿਰ ਦਾ ਸਵਾਦ ਪੁੱਛੀਦਾ ਹੋਏ ساری ਜ਼ਿੰਦਗੀ ਚ ਜੀਨੂ ਹੁਣ ਸੱਪ ਟੱਕਰੇ ਉਹਨਾਂ ਨੂੰ ਨਹੀਂ ਜ਼ਹਿਰ ਦਾ ਸਵਾਦ ਪੁੱਛੀਦਾ ਹੋਏ ساری ਜ਼ਿੰਦਗੀ ਚ ਜੀਨੂ ਹੁਣ ਸੱਪ ਟੱਕਰੇ ਦੂੰਗੀ ਸਾਟ ਲੱਗੀ ਲੱਗਦੀ ਹੈ ਕਿ ਲੱਗਦਾ ਕਿਸੇ ਨੇ ਚੰਗਾ ਹੀ ਝਟਕਾ ਦਿੱਤਾ ਕਿਉਂਕਿ ਜਿਸ ਤਰੀਕੇ ਦੇ ਨਾਲ ਤੁਸੀਂ ਗੱਲਾਂ ਕਰ ਰਹੇ ਹੋ ਗੀਤ ਦੇ ਵਿੱਚ ਯਾਨੀ ਬੋਲ ਨੇ ਜੋ ਲਿਖੇ ਹੋਏ ਨੇ ਤੁਸੀਂ ਜਿੱਦਾਂ ਤੁਸੀਂ ਕਿਹਾ ਕਿ ਤੁਹਾਡਾ ਹੀ ਲਿਖਿਆ ਹੋਇਆ ਤੁਸੀਂ ਗਾਇਆ ਹੈ ਨਾ ਅ ਕਿਉਂਕਿ ਹਰ ਕੋਈ ਜਿਸ ਟਾਈਮ ਵੀ ਗਾਉਂਦਾ ਹੈ ਲਿਖਦਾ ਹੈ ਕਲਮ ਲਿਖਦੀ ਹੈ ਤਾਂ ਯਾਦ ਆ ਫਿਰ ਜਿਸ ਟਾਈਮ ਆਪ ਬੀਤੀ ਹੋਵੇ ਜਾਂ ਜਿਸ ਦਾ ird gird ਐਦਾਂ ਦਾ ਮਾਹੌਲ ਹੋਵੇ ਕਿਦਾਂ ਦਾ ਸੋਚ ਸਮਝ ਕੇ ਤੁਸੀਂ ਇਹ ਗੀਤ ਲਿਖਿਆ ਕਿੱਦੇ ਤੇ ਲਿਖਿਆ ਇੱਕ ਤਾਂ ਹੁੰਦੀ ਬਈ ਜੱਗ ਬੀਤੀ ਇੱਕ ਹੁੰਦੀ ਹੱਡ ਬੀਤੀ ਤੇ ਸੋ ਨੂੰ ਜੇ ਕੋਈ ਮੈ ਤਾਂ ਨਾ ਹਿਸਾਬ ਨਾਲ ਹੋਣਾ ਚਾਹੀਦਾ ਮਾੜਾ ਚੰਗਾ ਤੇ ਬੰਦੇ ਨੂੰ ਨਾ ਲਾਈਫ ਚ ਸਥਿਰ ਰਹਿਣਾ ਆ ਜਾਂਦਾ ਤੇ ਬੰਦਾ ਜਦੋਂ ਪਲਾਂਗ ਪੱਟ ਕੇ ਤੁਰਦਾ ਨਾ ਉਹਨੂੰ ਪਤਾ ਹੁਣ ਪਤਾ ਹੁੰਦਾ ਕਿ ਇੱਥੇ ਖੱਡਾ ਇੱਥੇ ਕੀ ਆ ਠੀਕ ਆ ਕਈ ਰੇਨ ਹੁੰਦਾ ਪੱਤੇ ਪਏ ਹੁੰਦੇ ਥੱਲੇ ਟੋਆ ਹੁੰਦਾ ਫਿਲਮਾਂ ਚ ਦੇਖਦੇ ਨੇ ਉਹ ਸੀਨਾ ਦੁਨੀਆਦਾਰੀ ਤੇ ਉਮੀਦ ਕਿਸੇ ਤੇ ਨਹੀਂ ਰੱਖੀ ਉਮੀਦ ਖੁੱਤਿਆ ਤੇ ਜਿਹੜੇ ਚਾਰਪਰਾ ਨਾਲ ਨੇ ਸਾਡੀ ਟੀਮ ਆ ਉਹ ਸੋਨੀ ਬਾਈ ਹੋ ਗਿਆ ਤੇ ਆਜੋ ਰਾਣੇ ਬਾਈ ਆਜੋ ਆਜੋ ਬਾਈ ਜੀ ਨੇ ਤੁਹਾਡੇ ਗਾਣੇ ਦੇ ਵਿੱਚ ਰੈਬੀ ਕੀਤਾ ਹੋਇਆ ਨਾ ਮੈਂ ਕਹਾ ਕਿ ਗੀਤ ਦੇ ਵਿੱਚ ਰੈਬੀ ਹੋ ਜੇ ਔਰ ਤੁਸੀਂ ਦੋ ਬੋਲ ਗਾ ਕੇ ਔਰ ਭਾਜੀ ਤੋਂ ਰੈਬੀ ਸੁਣ ਹਾਂਜੀ ਹਾਂਜੀ ਹੋਰ ਭਾਜੀ ਠੀਕ ਹੋ ਤੁਸੀਂ ਬਹੁਤ ਵਧੀਆ ਬਹੁਤ ਸਸੀ ਕਾਲ ਜੀ ਮੇਰੇ ਵੱਲੋਂ ਸਤ ਰੰਗ ਟੀਮ ਨੂੰ ਬਹੁਤ ਬਹੁਤ ਵਧਾਈ ਤੇ ਵਧਾਈ ਕਿ ਬਹੁਤ ਬਹੁਤ ਥੈਂਕ ਯੂ ਤੁਹਾਡਾ ਕਿ ਤੁਸੀਂ ਟਾਈਮ ਕੱਢ ਕੇ ਸਾਡੇ ਕੋਲ ਆਏ ਹੋ ਸਾਡੀ ਪਹਿਲੀ ਇੰਟਰਵਿਊ ਥੋੜਾ ਨਰਵਸ ਹੋ ਰਹੇ ਹਾਂ ਸੌਰੀ ਫॉर दैट ਤੇ ਬਾਕੀ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਤੇ ਬਾਕੀ ਗੋਪੀ ਆਪਣੇ ਮਿੱਤਰ ਨੇ ਬਹੁਤ ਵਧੀਆ ਬਾਹ ਫੜੀ ਆਪਣੀ ਤੇ ਆਪਾਂ ਅੱਗੇ ਆਏ ਹਾਂ ਤੇ ਬਹੁਤ ਬਧੀ ਚੀਜ਼ ਲੈ ਕੇ ਤੁਹਾਡੇ ਮੂਰੇ ਪੇਸ਼ ਹੋਵਾਂਗੇ ਬਹੁਤ ਜਲਦੀ अच्छा पहले मैं ਤੁਹਾਡੀ ਮੁੱਛ ਦੀ ਤਾਰੀਕ ਹੈ ਮੁੱਛਾਂ ਤੁਹਾਡੀਆਂ ਕਹਿਣ ਦੇ ਕੰਨਾਂ ਵਿੱਚ ਨੱਤੀਆਂ ਗਲ ਵੀ ਚੈ ਨਹੀਂ ਸਮਾਰਟ ਲੱਗ ਰਹੇ ਬਾਜੀ ਬੜੇ ਕੈਂਟ ਲੱਗ ਰਹੇ ਅੱਛਾ ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਹੁਣ ਗੀਤ ਆ ਰਿਹਾ ਉਹਦੇ ਵਿੱਚ ਤੁਸੀਂ ਰੈਪ ਕੀਤਾ ਮੈਂ ਕਹਾਂਗਾ ਕਿ ਦੋ ਬੋਲ ਹੋ ਜਾਣ ਜੀ ਜੀ ਬਿਲਕੁਲ ਪਹਿਲਾਂ ਮੈਂ ਤੁਹਾਨੂੰ ਉਹਦੇ ਪਿੱਛੇ ਦੋ ਲਾਈਨਾਂ ਜਰੂਰ ਦੱਸੂਗਾ ਕਿ ਹਰੇਕ ਦੀ ਜ਼ਿੰਦਗੀ ਦੇ ਵਿੱਚ ਚੰਗੇ ਮਾੜੇ ਲੋਕ ਆਂਦੇ ਜਰੂਰ ਨੇ ਤਾਂ ਕਰਕੇ ਅਸੀਂ ਕਿਸ ਦੀ ਐਗਜ਼ਾਮਪਲ ਕੀ ਦੇਣੀ ਹੈ ਸਾਡੇ ਨਾਲ ਖੁਦ ਬੀਤੀਆਂ ਹੋਈਆਂ ਨੇ ਜਿਹਦੇ ਕਰਕੇ ਕੀ ਉਹ ਚੀਜ਼ਾਂ ਫਿਰ ਕਲਮ ਦੇ ਰਾਹੀਂ ਆਪ ਆਪਣੀ ਕਿਤਾਬਾਂ ਚ ਪਰੋ ਕੇ ਲੋਕਾਂ ਮੂਰੇ ਪੇਸ਼ ਕਰਾਂਗੇ ਕਹਿੰਦੇ ਕਿ ਉਹ ਉਹਨਾਂ ਨੂੰ ਨਹੀਂ ਜ਼ਹਿਰ ਦਾ ਸਵਾਦ ਪੁੱਛੀਦਾ ਜਿਹਦੀ ساری ਜ਼ਿੰਦਗੀ ਚ ਜੀਣ ਹੁਣ ਸੱਪ ਟੱਕਰੇ ਤੇ ਬਾਈ ਦਾ ਜਿਹੜਾ ਰੈਪ ਸੀਗਾ ਉਹ ਬਾਈ ਉਹ ਦੋ ਗਾਣਾ ਤੁਸੀਂ ਰੈਪ ਵੀ ਸੁਣਾ ਦਿਓ ਉਹ ਕਹਿੰਦਾ ਕਿ ਨਾਨਾ ਜ਼ਹਿਰ ਦਾ ਨਾ ਪੁੱਛ ਤੂੰ ਸਵਾਦ ਬੱਲੇ ਆ ਜਿਹਦੀ ਬੁੱਕਲ 'ਚ ਬੈਠਾ ਵਿੱਚੋਂ ਉਹ ਵੀ ਦੱਲੇ ਆ ਅਸੀਂ ਕੱਲ ਵੀ ਸੀ ਕੱਲੇ ਦੇਖ ਅੱਜ ਕੱਲੇ ਆ ਨਾਨਾ ਜ਼ਹਿਰ ਦਾ ਨਾ ਪੁੱਛ ਤੂੰ ਸਵਾਦ ਬੱਲੇ ਆ ਯਾਰੀਆਂ ਦੇ ਸੱਚ ਜੱਟਾ ਫਨੀ ਅਰ ਸੱਪ ਨੇ ਜੇ ਕਹੇ ਕੋਈ ਪਿਆਰ ਉਹ ਤਾਂ ਸਭ ਗੱਪ ਨੇ ਲੱਤਾਂ ਖਿੱਚ ਖਿੱਚ ਪਿੱਛੇ ਜਿਹੜੇ ਪਾਉਂਦੇ ਖੱਪ ਨੇ ਮੈਂ ਕਿਹਾ ਯਾਰ ਨਹੀਂ ਕੋਈ ਇੱਥੇ ਸਾਰੇ ਸਾਰੇ ਸੱਪ ਨੇ ਬਾਕੀ ਤੁਹਾਨੂੰ ਬਹੁਤ ਸਾਰੀਆਂ ਲਾਈਨਾਂ ਅੱਗੇ ਹੋਰ ਵੀ ਚੀਜ਼ਾਂ ਲਿਖੀਆਂ ਹੋਈਆਂ ਨੇ ਜਿਹੜੇ ਕਿ ਤੁਹਾਨੂੰ ਆਪਾਂ ਗਾਣੇ ਦੇ ਵਿੱਚ ਜਰੂਰ ਤੁਹਾਨੂੰ ਦੱਸਾਂਗੇ ਤੇ ਤੁਹਾਨੂੰ ਉਮੀਦ ਕਰਾਂਗੇ ਕਿ ਤੁਹਾਡੇ ਵੱਲੋਂ ਭਰਮਾ ਹੰਗਾਰਾ ਸਾਨੂੰ ਦੋਨਾਂ ਨੂੰ ਸਾਡੀ ਪੂਰੀ ਟੀਮ ਨੂੰ ਜਰੂਰ ਮਿਲੂਗਾ ਅੱਛਾ ਭਾਜੀ ਅਕਸਰ ਦੇਖਿਆ ਜਾਂਦਾ ਹੈ ਕਿ ਅੱਜਕੱਲ ਜਿਹੜੀ ਕੰਟਰੋਵਰਸੀਆਂ ਹੁੰਦੀਆਂ ਨੇ ਉਹ ਗੀਤਾਂ ਦੇ ਵਿੱਚ ਰਹਿ ਗਈਆਂ ਜਿਸ ਤਰ੍ਹਾਂ ਕਿ ਗੱਲ ਕਰ ਲਈ ਕਿ ਇੱਕ ਦੂਜੇ ਨੂੰ ਜਵਾਬ ਦੇਣ ਵਾਸਤੇ ਗੀਤ ਕੱਢ ਦਿੰਦੇ ਨੇ ਰੈਪ ਕੱਢ ਦਿੰਦੇ ਨੇ ਜਿਸ ਤਰ੍ਹਾਂ ਤੁਸੀਂ ਕਿਹਾ ਹੀ ਹੈ ਹੁਣ ਕਿ ਅਸੀਂ ਕਿ ਲੋਕ ਇਦਾਂ ਦੇ ਨੇ ਤੁਸੀਂ ਆ ਪੀਤੀ ਦੀ ਗੱਲ ਕਰ ਰਹੇ ਸੀ ਤੁਹਾਡੇ ਨਾਲ ਇਦਾਂ ਦਾ ਕੀ ਹੋਇਆ ਕਿ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਸ ਗੀਤ ਦੇ ਬਾਰੇ ਕਿ ਸਾਡੇ ਨਾਲ ਵੀ ਇਹੋ ਜਿਹੇ ਬੰਦੇ ਵੀ ਨੇ ਬਿਲਕੁਲ ਜਿਹਨਾਂ ਤੇ ਉੱਪਰ ਬਾਧੂ ਵਿਸ਼ਵਾਸ ਕੀਤਾ ਸਗਾ ਆਪਾਂ ਕਿਸੇ ਦੀ ਐਗਜ਼ਾਮਪਲ ਤਾਂ ਕੀ ਦੇਣੀ ਹੈ ਤੇ ਸਾਰੇ ਅਸੀਂ ਪੂਰੀ ਇੰਡਸਟਰੀ ਆਪਣੀ ਇੱਕ ਹੈ ਪੰਜਾਬ ਇੱਕ ਹੈ ਸਾਰਾ ਖੂਨ ਇੱਕ ਹੈ ਠੀਕ ਹੈ ਤੇ ਸਾਨੂੰ ਕਿਸੇ ਦੀ ਇੱਕ ਐਗਜ਼ਾਮਪਲ ਦੇ ਕੇ ਅੱਗੇ ਆਣਾ ਨਹੀਂ ਆਂਦਾ ਨਾ ਪਰਮਾਤਮਾ ਸਾਨੂੰ ਲੈ ਕੇ ਆਵੇ ਜੇ ਸਾਡੇ ਵਿੱਚ ਆਪ ਦੀ ਕਲਮ ਚ ਦਮ ਹੋਊਗਾ ਤੇ ਅਸੀਂ ਅੱਗੇ ਆ ਜਾਾਂਗੇ ਸਾਰੇ ਸਾਡੇ ਕੋਲ ਵੱਡੇ ਨੇ ਠੀਕ ਹੈ ਸਤਿਕਾਰਯੋਗ ਨੇ ਸਾਰੇ ਠੀਕ ਹੈ ਬਹੁਤ ਕੁਝ ਸਿੱਖੀਦਾ ਉਹਨਾਂ ਦੇ ਕੋਲੋਂ ਤੇ ਆਪਣੇ ਨਾਲ ਕੁਝ ਚੀਜ਼ਾਂ ਹੋਈਆਂ ਕਿ ਜਿਨ੍ਹਾਂ ਦੇ ਉੱਪਰ ਆਪਾਂ ਬਾਧੂ ਵਿਸ਼ਵਾਸ ਕਰ ਗਏ ਸੀਗੇ ਪਰ ਸਮਾਂ ਆਣ ਤੇ ਉਹਨਾਂ ਨੇ ਕੁਝ ਐਦਾਂ ਦੇ ਸਾਡੇ ਰਸਤੇ 'ਚ ਕੰਡੇ ਪਰੋਤੇ ਜਿਹੜੇ ਕਿ ਅਸੀਂ ਅੱਜ ਤੱਕ ੱਡੀ ਜਾਂਦੇ ਹਾਂ ਤੇ ਉਹਨਾਂ ਨੂੰ ਤਾਂ ਹੁਣ ਡੈਕ ਕੀ ਆਪਾਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਨਾਲ ਇੱਕ ਥਾਲੀ 'ਚ ਬੈਠ ਕੇ ਖਾਦਾ ਤੇ ਕਿਤਨਾ ਕਿਤੇ ਰੋਸ ਫਿਰ ਗਾਣਿਆਂ ਦੇ ਵਿੱਚ ਬੋਲ ਕੇ ਆਪਾਂ ਪ੍ਰਗਟ ਕਰ ਰਹੇ ਹਾਂ ਜਿਹੜਾ ਕਿ ਤੁਹਾਨੂੰ ਵਧੀਆ ਲੱਗੂਗਾ ਔਰ ਹਰੇਕ ਇਨਸਾਨ ਨੂੰ ਇਹ ਫੀਲ ਜ਼ਰੂਰ ਹੋਊਗਾ ਕਿ ਸ਼ਾਇਦ ਨਿਕਸ ਰਾਣਾ ਨੇ ਇਹ ਚੀਜ਼ ਉਹਨਾਂ ਦੇ ਲਈ ਹੀ ਲਿਖੀ ਹੋਈ ਆ ਕਿਉਂਕਿ ਚੰਗੇ ਮਾਰੇ ਲੋਕ ਹਰੇਕ ਦੀ ਲਾਈਫ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਨੇ ਮੈਂ ਇੱਕ ਚੀਜ਼ ਕਹੀ ਆ ਨਾ ਮੈਂ ਗਾਣੇ 'ਚ ਨਹੀਂ ਲੈਣ ਕਹੀ ਕਹਿੰਦਾ ਗੱਲਾਂ ਘੱਟ ਤੇ ਵੱਧ ਚਪੇੜੇ ਕਿਉਂ ਮਨਕੂ ਵਰਗੇ ਛੇੜੇ ਆਪਣੀਆਂ ਜਾਣ ਗੱਲਾਂ 'ਚ ਪੇੜਿਆਂ ਅਰਗਾਂ ਨੇ ਤੇ ਮੂੰ ਤੇ ਵਿਖੀ ਭਾਂਪੇ ਪਾਉਂਦੇ ਬੰਦਾ ਵਿਖੀ ਮਾਹੌਲ ਕੀ ਬੰਦਾ ਵਾ ਅੱਗੇ ਬਾਈ ਸਿਰਾ ਹੋਣਾ ਕੰਮ ਨਹੀਂ ਜਿੱਦਾਂ ਤੁਸੀਂ ਹਜੇ ਯਾਨੀ ਹੌਲੀ ਹੌਲੀ ਅੱਗੇ ਚੱਲ ਰਹੇ ਹੋ ਹੁਣ ਤੁਸੀਂ ਆਪਣਾ ਕਰੀਅਰ ਸ਼ੁਰੂ ਕਰ ਰਹੇ ਹੋ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਯਾਨੀ ਕਹਿੰਦੇ ਨੇ ਕਿ ਹਜੇ ਪੜੋ ਚੜ ਰਿਹਾ ਫੇਰ ਵੀ ਤੁਸੀਂ ਐਡੀਆਂ ਗੱਲਾਂ ਕਰ ਰਹੇ ਹੋ ਦੂਜਿਆਂ ਨੂੰ ਯਾਨੀ ਨੀਵਾ ਦਿਖਾਉਣ ਵਾਸਤੇ ਤੁਸੀਂ ਗੀਤ ਕਹਿੰਦੇ ਆ ਕਿ ਕਿਦਾਂ ਚਪੇੜਾ ਪੈਣਾ ਤੁਹਾਨੂੰ ਨਹੀਂ ਲੱਗਦਾ ਕਿ ਵੱਡੀਆਂ ਗੱਲਾਂ ਨੇ ਹੰਕਾਰੀ ਵੀ ਗੱਲਾਂ ਨੇ ਤੁਹਾਨੂੰ ਮੈਂ ਇੱਕ ਚੀਜ਼ ਦੱਸਦਾ ਬਾਈ ਯਾਰ ਜਿਹੜਾ ਉਹ ਬਾਈ ਮੂ ਸਿੱਧੂ ਨੇ ਕਿਹਾ ਤਾਂ ਸੀਗਾ ਯਾਰ ਜਿਹੜਾ ਦੋ ਕਮਰਾਂ ਵਾਲੇ ਘਰੋਂ ਆਉਂਦਾ ਉਹਨੂੰ ਤਾਂ ਫਿਰ ਹੰਕਾਰ ਹੋ ਹੀ ਜਾਂਦਾ ਆਪਾਂ ਕਿਸੇ ਨੂੰ ਥੋੜੀ ਬੋਲ ਰਹੇ ਆ ਨਾ ਸੀ ਇੰਡਸਟਰੀ ਨੂੰ ਕੁਛ ਕਹਿ ਰਹੇ ਆ ਇਸ ਦਾ ਨਾਮ ਹੈ ਹਨਾ ਇੰਡਸਟਰੀ ਅਲੱਗ ਕੰਮ ਕਰ ਰਹੀ ਐ ਅਸੀਂ ਆਪਣਾ ਕੰਮ ਉਹ ਕਹ ਤੁਸੀਂ ਇਦਾਂ ਦੀ ਗੱਲਾਂ ਕਰ ਰਹੇ ਹੋ ਤੁਹਾਨੂੰ ਨਹੀਂ ਲੱਗਦਾ ਕਿ ਹੁਣੇ ਤੋਂ ਹੰਕਾਰ ਬੋਲਣ ਲੱਗ ਗਿਆ ਵਿੱਚ ਤੁਸੀਂ ਮੈਨੂੰ ਇਹ ਗੱਲ ਦੱਸੋ ਬਾਈ ਵਧੀਆ ਲੱਗਦਾ ਮੈਂ ਇੱਥੇ ਕਿਸੇ ਵੱਡੇ ਸਿੰਗਰ ਦਾ ਪਜਾਮਾ ਖਿੱਚੀ ਵਾਂ ਗਾਉਂਨ ਨੂੰ ਟਾਈਮ ਦੇਈ ਯਾਰ ਬਾਈ ਉਹ ਚੀਜ਼ਾਂ ਗੰਗਾ ਬਾਈ ਹੁਣ ਮੁੰਡੇ ਨਵੇਂ ਖੂਨ ਨੇ ਹੁਨਰ ਆ ਸਾਡੇ ਚ ਸਾਡੇ ਮਾਂ ਪਿਓ ਅਸੀਂ ਉਹਨਾਂ ਕੋਲੇ ਤਰਲੇ ਤੁਰਲੇ ਕਰ ਸਕਦੇ ਦੁਨੀਆ ਤੋਂਲੇ ਕੋਲ ਧੂੜੀ ਕਰਨੇ ਆ ਬਾਈ ਨਾਲੇ ਦੁਨੀਆ ਦਾ ਤੁਸੀਂ ਕੀ ਜਾਣਿਓ ਪਹਿਲਾਂ ਸਿੱਧੂ ਬਾਈ ਨੂੰ ਕਿੰਨਾ ਕੁਛ ਬੋਲਦ ਸੀ ਅੱਜ ਕੀ ਆ ਅੱਜ ਪੂਜਦੇ ਨੇ ਠੀਕ ਆ ਹੁਣ ਤੁਸੀਂ ਕੀ ਜਾਣੋ ਵੀ ਪ੍ਰਾਨ ਕੋਈ ਤਕੜਾ ਸਿੰਗਰ ਗਾਈ ਜਾਂਦਾ ਉਹਦਾ ਪਿਆਮਾ ਖੇਚਾਂ ਬਾਈ ਗਾਉਣ ਨੂੰ ਟਾਈਮ ਨਹੀਂ ਹਰ ਨਹੀਂ ਬਾਈ ਮਿਹਨਤ ਕੀਤੀ ਹੈ ਨਾ ਮਿਹਨਤ ਦਾ ਆਪਾਂ ਨੂੰ ਹੁੰਦਾ ਮਿਹਨਤ ਤੇ ਵਿਸ਼ਵਾਸ ਆ ਬਾਈ ਹੰਕਾਰ ਨਹੀਂ ਹੈਗਾ ਬਾਕੀ ਜੇ ਕਿਸੇ ਨੂੰ ਲੱਗਦਾ ਫਿਰ ਉਹ ਕਰ ਵੀ ਕੀ ਸਕਦੇ ਆ ਬਾਈ ਹਨਾ ਲੋਕੀ ਤਾਂ ਰੱਬ ਤੋਂ ਨਹੀਂ ਖੁਸ਼ ਸੋ ਇਹ ਸੀ ਜੀ ਆਪਣੇ ਨਾਲ ਗੋਪੀ ਮਣਕੂ ਜੀ ਸੋ ਸਾਡੇ ਭਰਾ ਜਿਨ੍ਹਾਂ ਨਾਲ ਗੱਲਬਾਤ ਕੀਤੀ ਸੋ ਕਿੱਦਾਂ ਦੀ ਲੱਗੀ ਗੱਲਬਾਤ ਵੀਡੀਓ ਥੱਲੇ ਕਮੈਂਟ ਕਰਕੇ ਜਰੂਰ ਦੱਸਣਾ ਸੋ ਜਿਨ੍ਹਾਂ ਨੇ ਚੈਨਲ ਸੱਤ ਰੰਗ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜਰੂਰ ਕਰ ਲੈਣ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਕਿੱਦਾਂ ਦੀ ਲੱਗੀ ਗੱਲਬਾਤ ਸੋ ਤਦ ਤੱਕ ਲਈ ਮੈਨੂੰ ਤੇ ਇਜਾਜ਼ਤ ਫੇਰ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਸਟਾਰ ਦੇ ਨਾਲ ਮੈਨੇ ਦੇ ਇਜਾਜ਼ਤ ਕੈਮਰਾਮੈਨ ਵੀ ਟੂ ਰਾਣਾ ਦੇ ਨਾਮ ਸੋ ਉਹਨੂੰ ਜਾਂਚ ਲਈ ਰਿਪੋਰਟ ਪੰਜਾਬ ਅੱਜ ਅਸੀਂ ਅੰਕਲ ਜੀ ਦਾ ਸਤਵੀਰ ਸੱਤੀ ਬਾਈ ਜੀ ਦਾ ਜਿੰਨਾ ਕਰਕੇ ਇੱਥੇ ਆਏ ਆ ਤੇ ਅਵਤਾਰਤਾਰੀ ਅੰਕਲ ਜੀ ਜਿਨ੍ਹਾਂ ਤੇ ਬਹੁਤ ਸਾਰਾ ਪਿਆਰ ਨਵਾਂ ਗਾਣਾ ਆ ਰਿਹਾ ਸੱਪ ਟੱਕਰੇ ਤੇ ਸੁਣਾਉਣ ਲੱਗਿਆ ਥੱਕ ਥਾਲੀਆਂ ਚ